ਸੋਸ਼ੀਕਲ ਜੀ ਸਾਰਿਆਂ ਦਾ ਸਵਾਗਤ ਦੇਸ਼ ਪਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਕਪਤਾ ਸਿੰਘ ਹਾਜ਼ਰ ਤੇ ਨਾਲੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਸੋ ਸਾਡੇ ਦਰਸ਼ਕ ਜੀ ਸਾਡੇ ਜਿੰਨੇ ਵੀ ਵਿਦਿਆਰਥੀ ਹੈ ਜਿਨ੍ਹਾਂ ਨੇ ਵਿਦੇਸ਼ ਜਾਣਾ ਤੁਹਾਡੇ ਸਾਰਿਆਂ ਦੇ ਵਾਸਤੇ ਦੇਸ਼ ਪਰਦੇਸ਼ ਲਾਈਵ ਦਾ ਇੱਕ ਪ੍ਰੋਗਰਾਮ ਜਿੱਥੇ ਤੁਹਾਨੂੰ ਮੌਕਾ ਮਿਲਦਾ ਸੀ ਲਾਈਵ ਗੱਲਬਾਤ ਕਰਨ ਦਾ ਵੀ ਤੁਸੀਂ ਆਪਣੇ ਸਵਾਲ ਆਪਣੀਆਂ ਪ੍ਰੋਫਾਈਲਸ ਡਿਸਕਸ ਕਰ ਸਕਦੇ ਹੋ ਤੇ ਜਵਾਬ ਲੈ ਸਕਦੇ ਹੋ ਜੀ ਸਾਡੇ ਅੱਜ ਦੇ ਜਿਹੜੇ ਐਕਸਪਰਟ ਹੈਗੇ ਨੇ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਹੈਲੋ ਸਰ ਵੈਲਕਮ ਟੂ ਦੀ ਸ਼ੋਅ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਸੋ ਸਮਾਂ ਥੋੜਾ ਰਹਿੰਦਾ ਸੀ ਬਟ ਸਵਾਲ ਜ਼ਿਆਦਾ ਰਹਿੰਦੇ ਨੇ ਸੋ ਇਸ ਕਰਕੇ ਜੀ ਜਦੋਂ ਸ਼ੋਅ ਦੀ ਸਮਾਪਤੀ ਵੀ ਹੁੰਦੀ ਹੈ ਤੁਸੀਂ ਉਸ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਤੇ ਨੰਬਰਾਂ ਨੂੰ ਨੋਟ ਡਾਊਨ ਰੱਖਿਆ ਕਰੋ ਤੇ ਦੇਸ਼ ਪਰਦੇਸ ਲਾਈਵ ਦਾ ਸਾਡਾ YouTube ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਕਰਦੇ ਰਹਿਆ ਕਰੋ ਸੋ ਅੱਜ ਦਾ ਸਾਡਾ ਦੇਸ਼ ਪਰਦੇਸ ਲਾਈਵ ਦਾ ਪ੍ਰੋਗਰਾਮ ਖਾਸ ਤੌਰ ਤੇ UK ਸਟੱਡੀ ਵੀਜ਼ਾ ਤੇ ਨਾਲ ਹੀ USA ਸਟੱਡੀ ਵੀਜ਼ਾ ਸੋ ਜਿੱਥੇ ਤਾਂ ਇਹ ਦੋਨੋਂ ਕੰਟਰੀਜ਼ ਜੀ ਸਾਡੇ ਸਟੂਡੈਂਟਸ ਨੂੰ ਵਿਦਆਊਟ ਆਇਲਟਸ ਵੀ ਐਕਸੈਪਟ ਕਰਦੀਆਂ ਨੇ ਜਿਹੜੀ ਕਿ ਸਭ ਤੋਂ ਵੱਡੀ ਖਾਸੀਅਤ ਹੈ ਇਹਨਾਂ ਕੰਟਰੀਜ਼ ਦੀ ਬਟ ਵਿਦਆਊਟ ਆਇਲਟਸ ਕਿੱਦਾਂ ਯਾਨੀ ਕਿ ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਇਹਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਜੀ ਸੋ UK ਤੋਂ ਮੈਂ ਸਟਾਰਟ ਕਰਾਂਗੀ ਮੁਕੇਸ਼ ਸਰ UK ਸਟੱਡੀ ਵੀਜ਼ਾ ਸਭ ਤੋਂ ਪਹਿਲਾਂ ਇੱਕ ਤਾਂ ਇਨਟੇਕ ਕਿਉਂਕਿ ਅਸੀਂ ਐਡਮਿਸ਼ਨ ਲੈਣੀ ਹੈ ਤਾਂ ਇਨਟੇਕ ਅਸੀਂ ਜ਼ਰੂਰ ਦੇਖਦੇ ਵੀ ਸਾਡੇ ਕੋਲ ਸਮਾਂ ਬਚਿਆ ਐਡਮਿਸ਼ਨ ਲੈਣ ਦਾ ਜਾਂ ਫਿਰ ਨਹੀਂ ਐਂਡ ਦੂਸਰਾ ਸਟੂਡੈਂਟ ਜਿਹੜੇ ਹੈਗੇ ਨੇ ਕਿ ਉਹ ਅਪਲਾਈ ਕਰ ਲੈਂਦੇ ਨੇ ਸਮਾਂ ਰਹਿੰਦੇ ਦੇਖੋ ਜਿੱਥੋਂ ਤੱਕ ਸਵਾਲ ਤੁਹਾਡਾ ਇਨਟੇਕ ਦਾ ਤਾਂ ਉਹਦੇ ਲਈ ਮੈਂ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ UK ਜਿਹੜਾ ਹੈ ਸਾਡਾ ਇੰਟਰਨੈਸ਼ਨਲ ਆਫਿਸ ਹੈ ਜਿਹਦੇ ਚੱਲਦੇ UK ਦੇ ਉੱਪਰ ਵਿਸ਼ਵਾਸ ਇੰਟਰਨੈਸ਼ਨਲ ਦਾ ਬਹੁਤ ਅੱਛਾ ਹੋਲਡ ਹੈ 2009 ਤੋਂ ਲੈ ਕੇ 12 ਤੱਕ ਵੀ ਆਪਾਂ ਸੈਂਕੜੋ ਹਜ਼ਾਰੋਂ ਬੱਚਿਆਂ ਨੂੰ ਉੱਥੇ ਵੀਜ਼ਾ ਕਰਵਾ ਕੇ ਦਿੱਤਾ ਸੀਗਾ ਔਰ ਪਿਛਲੇ 2-3 ਸਾਲ 'ਚ ਵੀ ਬਹੁਤ ਸਾਰੇ ਬੱਚੇ ਆਪਾਂ ਭੇਜ ਚੁੱਕੇ ਹਾਂ UK ਦੇ ਵਿੱਚ ਕੁਛ ਇੱਕ ਕੰਸਲਟੈਂਟ ਇੱਦਾਂ ਦੇ ਹੈ ਜਿਨ੍ਹਾਂ ਕੋਲ ਕੁਛ ਪਰਟੀਕੁਲਰ ਯੂਨੀਵਰਸਿਟੀਜ਼ ਦਾ ਟਾਈਪ ਹੈ ਠੀਕ ਹੈ ਬਟ ਵਿਸ਼ਵਾਸ ਇੰਟਰਨੈਸ਼ਨਲ ਦਾ ਲੋਕਲ ਆਫਿਸ ਹੋਣ ਦੇ ਕਰਕੇ ਸਾਡਾ ਬੈਨੀਫਿਟ ਸਾਨੂੰ ਇਹ ਮਿਲ ਜਾਂਦਾ ਕਿ ਸਾਡੇ ਕੋਲ ਮਲਟੀਪਲ ਆਪਸ਼ਨਸ ਅਵੇਲੇਬਲ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਹਾਲੇ ਵੀ ਤੁਸੀਂ ਸਪਟੈਂਬਰ ਇਨਟੇਕ ਲਈ ਤੁਸੀਂ ਆਫਰ ਲੈਟਰ ਲਈ ਵੇਟ ਕਰ ਰਹੇ ਹੋ ਜਾਂ ਕੈਸ਼ ਨਹੀਂ ਆਇਆ ਜਾਂ ਕੋਈ ਇੱਦਾਂ ਦਾ ਪ੍ਰੋਫਾਈਲ ਹੈ ਜਿਹੜਾ ਕਿ ਇੰਟਰਵਿਊ ਕਰੈਕ ਨਹੀਂ ਕਰ ਪਾ ਰਿਹਾ ਅਤੇ ਨਾ ਸਿਰਫ ਮਲਟੀਪਲ ਇਨਟੇਕਸ ਵਾਲੀ ਯੂਨੀਵਰਸਿਟੀਜ਼ ਅਵੇਲੇਬਲ ਹੈ ਬਲਕਿ ਵਿਦਆਊਟ ਆਇਲਸ ਵਾਲੀ ਯੂਨੀਵਰਸਿਟੀਜ਼ ਵੀ ਅਵੇਲੇਬਲ ਹੈਗੀਆਂ ਨੋ ਡਾਊਟ ਵਿਦਆਊਟ ਆਇਲਸ ਜਿਹੜੀ ਆਪਸ਼ਨਸ ਹੈ ਉਹ ਘੱਟ ਰਹਿਣਗੀਆਂ ਔਰ ਆਇਲਸ ਵਾਲਾ ਜਿਹੜਾ ਬਿਨਾਂ ਆਇਲਸ ਵਾਲਾ ਬੱਚਾ ਉਹਦਾ ਪ੍ਰੋਫਾਈਲ ਅਕੈਡਮਿਕ ਸਕੋਰ ਵਧੀਆ ਹੋਣਾ ਚਾਹੀਦਾ ਗੈਪ ਨਹੀਂ ਹੋਣਾ ਚਾਹੀਦਾ ਜਾਂ ਕਿ ਘੱਟ ਤੋਂ ਘੱਟ ਹੋਣਾ ਚਾਹੀਦਾ ਆਫਟਰ ਗ੍ਰੈਜੂਏਸ਼ਨ ਜਿਹੜਾ ਗੈਪ ਹੈ ਉਹਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਅਗਰ ਮੈਂ ਤੁਹਾਡੇ ਲਈ ਮੈਂ ਗੱਲ ਕਰਾਂ ਅਵੇਲੇਬਲ ਇਨਟੇਕ ਦੀ ਤਾਂ ਕੁਛ ਇੱਕ ਯੂਨੀਵਰਸਿਟੀਜ਼ ਐਸੀਆਂ ਜਿਨ੍ਹਾਂ ਦੇ ਮਲਟੀਪਲ ਇਨਟੇਕ ਹੈ ਹਰ ਤੀਸਰੇ ਮਹੀਨੇ ਇਨਟੇਕ ਹੈਗਾ ਅਤੇ ਐਜ਼ ਪਰ ਰੂਲਸ ਆਫ ਦਾ UKVI 90 ਡੇਜ਼ ਬਿਫੋਰ ਯੂਨੀਵਰਸਿਟੀ ਕੈਨ ਸਟਾਰਟ ਦਾ ਰਿਲੀਜ਼ਿੰਗ ਆਫ ਕੈਸ਼ ਲੈਟਰ ਤਾਂ ਇਟ ਮੀਨਸ ਕਿ ਜੇਕਰ ਤੁਸੀਂ ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਆਪਣਾ ਵੀਜ਼ਾ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਤਾਂ ਇਨਟੇਕ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੈ ਅਨਟਿਲ ਅਨਲੈਸ ਤੁਹਾਡੀ ਕੋਈ ਪਰਟੀਕੁਲਰ ਚੋਇਸ ਨਾ ਹੋਵੇ ਮੰਨ ਲਓ ਕਿ ਅਗਰ ਤੁਸੀਂ ਕਹੋ ਕਿ ਹੁਣ ਤੁਸੀਂ ਕੋਵੈਂਟਰੀ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ ਉਹਦਾ ਸਪਟੈਂਬਰ ਇਨਟੇਕ ਸਟਿਲ ਓਪਨ ਹੈ ਬਟ ਜੇਕਰ ਤੁਹਾਡੇ ਫੰਡਸ ਨਹੀਂ ਰੈਡੀ ਹੈਗੇ ਕਿ ਤਾਂ ਫਿਰ ਉਹ ਇਟਸ ਕੁਆਇਟ ਡਿਫੀਕਲਟ ਟੂ ਗੈਟ ਦਾ ਕੈਸ਼ ਲੈਟਰ ਬਟ ਹਾਈ ਰੈਂਕਡ ਯੂਨੀਵਰਸਿਟੀਜ਼ ਇੱਕ ਸਾਡੇ ਕੋਲ ਸੋਲੈਂਟ ਯੂਨੀਵਰਸਿਟੀ ਹੈ ਜਿਹਦੇ ਆਲ ਇੰਡੀਆ ਦੇ ਵਿੱਚ ਨੌਰਦਰਨ ਸਾਊਥ ਇੰਡੀਆ ਮਿਲਾ ਕੇ ਸਾਰਾ ਜੋ ਚਾਰੋਂ ਪਾਸੇ ਮਤਲਬ ਕੋਨੇ ਮਿਲਾ ਕੇ ਅਗਰ ਇੰਡੀਆ 'ਤੇ ਦੇਖੋ ਤਾਂ ਸਿਰਫ ਔਰ ਸਿਰਫ 9 ਆਥੋਰਾਈਜ਼ਡ ਏਜੰਟ ਹੈ ਜਿਹੜੇ ਕਿ ਸੋਲੈਂਟ ਯੂਨੀਵਰਸਿਟੀ ਨੂੰ ਰੀਪ੍ਰਜੈਂਟ ਕਰਦੇ ਹੈ ਐਂਡ ਲੱਕੀਲੀ ਬਾਏ ਦਾ ਗ੍ਰੇਸ ਆਫ ਗੋਡ ਵਾਹਿਗੁਰੂ ਜੀ ਕਿਰਪਾ ਨਾਲ ਸਾਡਾ ਵੀ ਉਹਦੇ ਵਿੱਚ ਇੱਕ ਨਾਮ ਹੈ ਅਤੇ ਉਹਦਾ ਹਾਲੇ ਇਨਟੇਕ ਜਿਹੜਾ ਸਪਟੈਂਬਰ ਇਨਟੇਕ ਹਾਲੇ ਪੂਰਾ ਇੱਕ ਮਹੀਨਾ ਹੋਰ ਖੁੱਲ੍ਹਿਆ PT ਐਕਸੈਪਟੇਬਲ ਹੈ ਏਰੀਆ ਬਹੁਤ ਅੱਛਾ ਹੈ ਯੂਨੀਵਰਸਿਟੀ ਦੀ ਰੈਂਕਿੰਗ ਬਹੁਤ ਅੱਛੀ ਹੈ ਔਰ ਬਿਨਾਂ ਫੰਡਸ ਦੇ ਤੁਹਾਨੂੰ ਕੈਸ਼ ਰਿਲੀਜ਼ ਕਰਵਾ ਕੇ ਦੇ ਰਹੀ ਹੈ ਯੂਨੀਵਰਸਿਟੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਰਕ ਓਪਰਚੁਨਿਟੀਜ਼ ਬਹੁਤ ਅੱਛੀਆਂ ਕਿਉਂਕਿ ਜਿਹੜੇ ਏਰੀਆ ਦੇ ਵਿੱਚ ਯੂਨੀਵਰਸਿਟੀ ਹੈ ਲੋਕੇਟਡ ਹੈ ਉੱਥੇ ਬੀਚਸ ਹੈਗੇ ਹੈ ਜਿਹਦੇ ਚੱਲਦੇ ਕਿ ਔਰ ਸਭ ਤੋਂ ਵੱਡੀ ਗੱਲ ਇੱਕ ਚੀਜ਼ ਹੋਰ ਹੈ ਕਿ ਨੋਟ ਲਾਈਕ ਅਦਰ ਯੂਨੀਵਰਸਿਟੀਜ਼ ਕਿਉਂਕਿ ਹੁੰਦਾ ਕੀ ਪਿਆ UK ਦੇ ਵਿੱਚ ਭੇੜ ਚਾਲ ਹੈ ਕੁਛ ਇੱਕ ਯੂਨੀਵਰਸਿਟੀਜ਼ ਹਨ ਜਿਨ੍ਹਾਂ ਨੂੰ ਹਰੇਕ ਦੂਸਰਾ ਏਜੰਟ ਹਰੇਕ ਏਜੰਟ ਕਰ ਰਿਹਾ ਜਿਹਦੇ ਚੱਲਦੇ ਕਿ ਬਾਅਦ 'ਚੋਂ ਸੀਟਸ ਫੁੱਲ ਹੋ ਜਾਂਦੀਆਂ ਫੀਸ ਪੇਮੈਂਟ ਹੋਣ ਤੋਂ ਬਾਅਦ ਕੈਸ਼ ਲੈਟਰ ਲਾਈਨ 'ਚ ਪ੍ਰੋਬਲਮ ਆਉਂਦੀ ਹੈ ਬਟ ਸਾਡੇ ਕੋਲ ਕੁਛ ਪਰਟੀਕੁਲਰ ਇੱਦਾਂ ਦੇ ਪ੍ਰੋਡਕਟ ਹੈ ਜਿਹੜੇ ਯੂਨੀਕ ਪ੍ਰੋਡਕਟਸ ਹੈ ਜਿਨ੍ਹਾਂ ਦੇ ਚੱਲਦੇ ਕਿ ਤੁਹਾਨੂੰ ਬੜਾ ਸਮੂਥ ਪ੍ਰੋਸੈਸ ਕਰਕੇ ਦੇਗੀ ਕੰਪਨੀ ਔਰ ਮੋਰਓਵਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੀ ਡੇਟ 'ਚ UK ਦੇ ਵਿੱਚ ਅਨਸਰਟਨਿਟੀ ਬਹੁਤ ਹੈ ਕੈਸ਼ ਨਹੀਂ ਆਇਆ ਫੀਸ ਚਲੀ ਗਈ ਇੰਟਰਵਿਊ 'ਚ ਰਿਜੈਕਟ ਕਰ ਦਿੱਤਾ ਪੇਮੈਂਟ ਨਹੀਂ ਲਈ ਪੇਮੈਂਟ ਹੋਣ ਤੋਂ ਬਾਅਦ ਰੀਫੰਡ ਦੀ ਪ੍ਰੋਬਲਮ ਆ ਗਈ ਰੀਫੰਡ ਡਿਡਕਟ ਹੋ ਕੇ ਆਇਆ ਟਿਊਸ਼ਨ ਫੀਸ ਦਾ ਰਿਸਕ ਅਗਰ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਉਹ ਕੰਪਨੀ ਪੇ ਕਰ ਸਕਦੀ ਹੈ ਔਰ ਤੁਸੀਂ ਉਸ ਤੋਂ ਉਹਨੂੰ ਜਿਹੜਾ ਵੀਜ਼ਾ ਲੱਗਣ ਤੋਂ ਬਾਅਦ ਪੇ ਕਰ ਸਕਦੇ ਜੀ
जी यूके स्टडी वीज़ा यूके नूं लैके इंट्रस्ट किन्ना का हैगा स्टूडेंट्स का क्योंकि एक पास कैनेडा जो साढ़े को हो गए तो डू यू थिंक सो कि हाँ जी यूके स्टूडेंट्स पुछते हैं थोड़ा देखो मैं ना एक बहुत वधिया सवाल तुसे पूछा और मैं बड़ी एक ऑनेस्टी नाल ईमानदारी नाल एक जेन्युइन आंसर करना चाहवांगा मेरी नज़र दे विच मेरा जड़ा एक्सपीरियंस है मेरी ओपीनियन ये कहती है कि जेकर स्टूडेंट ग्रेजुएट है ਉਹਦੇ ਲਈ ਯੂਕੇ ਤੋਂ ਵਧੀਆ ਕੋਈ ਕੰਟਰੀ ਨਹੀਂ ਓਕੇ ਰੀਜ਼ਨ ਬਿਹਾਈਂਡ ਕਿ ਗ੍ਰੈਜੂਏਸ਼ਨ ਤੋਂ ਬਾਅਦ 1 ਸਾਲ ਦੀ ਮਾਸਟਰਸ ਤੋਂ ਬਾਅਦ 2 ਸਾਲ ਦਾ ਪੀਐਸਡਬਲਿਊ ਹੈ ਠੀਕ ਹੈ ਲੋਕ ਕਹਿੰਦੇ ਉੱਥੇ ਪੀਆਰ ਨਹੀਂ ਹੈ ਵਿਚ ਇਜ਼ ਐਬਸੋਲੂਟਲੀ ਰੋਂਗ ਜੇਕਰ ਤੁਸੀਂ ਗ੍ਰੈਜੂਏਟ ਹੋ ਔਰ ਤੁਸੀਂ ਉੱਥੇ 1 ਸਾਲ ਦੀ ਪੜ੍ਹਾਈ ਕਰ ਲੈਂਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਇੱਕ ਆਪਸ਼ਨ ਰਹਿੰਦੀ ਹੈ ਕਿ ਯੂ ਕੈਨ ਗੈਟ ਟ੍ਰਾਂਸਫਰ ਫਰੋਮ ਦੇਅਰ ਟੂ ਇਨ ਐਨੀ ਕੰਟਰੀ ਲਾਈਕ ਯੂ ਐਸ ਏ ਯੂਕੇ ਤੋਂ ਸੋਰੀ ਤੁਸੀਂ ਹੈ ਹੀ ਹੋ ਕੈਨੇਡਾ ਆਸਟ੍ਰੇਲੀਆ ਕੰਟਰੀ ਲਾਈਕ ਦੀਸ ਔਰ ਫਿਰ ਇੱਕ ਚੀਜ਼ ਹੋਰ ਹੈ ਅਗਰ ਤੁਸੀਂ ਕੈਨੇਡਾ ਦਾ ਪ੍ਰੋਸੈਸ ਦੇਖੋ ਇਟਸ ਵੈਰੀ ਟਫ ਨਾਊਡੇਸ ਇਟਸ ਵੈਰੀ ਲੈਂਥੀ ਔਰ ਟਾਈਮ ਬਹੁਤ ਲੱਗ ਰਿਹਾ ਔਰ ਇੱਕ ਅਨਐਕਸਪੈਕਟਡ ਰਿਫਿਊਜ਼ਲਸ ਵੀ ਆ ਰਹੀਆਂ ਠੀਕ ਹੈ ਫਿਰ ਜਿਹੜੇ ਪਾਸੇ ਮੈਂ ਤੁਹਾਨੂੰ ਗੱਲ ਕੀਤੀ ਕਿ ਅਗਰ ਤੁਹਾਡਾ 4-5 ਸਾਲ ਦਾ ਗੈਪ ਹੈ ਪਰਸੈਂਟੇਜ ਠੀਕ ਹੈ ਆਇਲਸ ਦੇ ਅੰਦਰ ਪੂਰਾ ਪੂਰਾ ਸਕੋਰ ਹੈ ਜਾਂ ਕਿ ਨਹੀਂ ਕੀਤਾ ਔਰ ਤੁਸੀਂ ਲੈਟਰ ਆਫ ਰਿਕਮੈਂਡੇਸ਼ਨ ਔਰ ਇੰਗਲਿਸ਼ ਦੀ LOR ਦੇ ਨਾਲ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਬੀਇੰਗ ਏ ਪੁਆਇੰਟ ਬੇਸਡ ਸਿਸਟਮ ਤੁਸੀਂ ਆਊਟ ਆਫ 100% ਵੀਜ਼ਾ ਕੱਢ ਸਕਦੇ ਹੋ ਠੀਕ ਹੈ ਕਿਆ ਉਹ ਸਟੂਡੈਂਟ ਕੈਨੇਡਾ ਚਲਾ ਜਾਏਗਾ ਨੈਵਰ ਐਵਰ ਜਿਹੜੇ ਜਿੱਥੇ ਕਿ ਇੱਕ ਪਾਸੇ ਤਾਂ ਕੈਨੇਡਾ ਦੇ 7-7 ਬੈਂਡ ਦੇ ਬੱਚਿਆਂ ਦੇ ਵੀ ਰਿਫਿਊਜ਼ਲਸ ਆ ਰਹੇ ਆ ਉੱਥੇ ਤੁਸੀਂ ਕਹੋ ਕਿ ਅਗਰ ਕੈਨੇਡਾ ਨੂੰ ਗੈਪ ਐਕਸੈਪਟੇਬਲ ਹੈ ਐਸਾ ਨਹੀਂ ਹੈ ਔਨ ਅਦਰ ਸਾਈਡ ਗ੍ਰੈਜੂਏਸ਼ਨ ਜਿਹੜਾ ਸਟੂਡੈਂਟ ਹੈ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਕਰਨ ਜਾ ਰਿਹਾ ਜੇਕਰ ਉਹ ਮੈਰਿਡ ਹੈ ਅਤੇ ਉਹ ਆਪਣੇ ਸਪਾਊਸ ਨੂੰ ਯਾਨੀ ਕਿ ਹਸਬੈਂਡ ਨੂੰ ਜਾਂ ਵਾਈਫ ਨੂੰ ਨਾਲ ਲੈ ਜਾ ਸਕਦਾ ਹੀ ਕੈਨ ਹੀ ਔਰ ਸ਼ੀ ਕੈਨ ਬ੍ਰਿੰਗ ਵਿਦ ਹਰ ਔਰ ਹਿਸ ਸਪਾਊਸ ਐਸ ਵੈਲ ਔਰ ਫਰੋਮ ਦਾ ਡੇ 1 ਹੀ ਔਰ ਸ਼ੀ ਵਿਲ ਬੀ ਅਲਾਊਡ ਟੂ ਡੂ ਦਾ 24 hours ਵਰਕ ਓਕੇ ਵਿਚ ਇਜ਼ ਨੋਟ ਪੋਸੀਬਲ ਇਨ ਕੈਨੇਡਾ ਕੈਨੇਡਾ ਦੇ ਵਿੱਚ ਤੁਹਾਡਾ 5-7 ਮਹੀਨਿਆਂ ਤੋਂ ਬਾਅਦ ਤਾਂ ਵੀਜ਼ਾ ਅਪਲਾਈ ਹੁੰਦਾ ਫਿਰ 4-5 ਮਹੀਨੇ ਵੀਜ਼ਾ ਲੱਗਣ ਨੂੰ ਲੱਗਦੇ ਆ ਉਹਦਾ ਸਕਸੈਸ ਰੇਟ ਵੀ 70% ਤੋਂ ਜ਼ਿਆਦਾ ਨਹੀਂ ਹੈ ਉਹ ਵੀ ਡਿਪੈਂਡ ਕਰਦਾ ਪ੍ਰੋਫਾਈਲ ਔਨ ਅਦਰ ਸਾਈਡ ਇਫ ਵਿਲ ਟਾਕ ਅਬਾਊਟ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਆਸਟ੍ਰੇਲੀਆ ਦਾ ਅਗਰ ਡਿਪੈਂਡੈਂਟ ਦਾ ਵੀਜ਼ਾ ਪਹਿਲੀ ਗੱਲ ਤਾਂ ਆਸਟ੍ਰੇਲੀਆ ਦਾ ਪ੍ਰੋਸੈਸ ਜਿਹੜਾ ਜੀ ਟੀ ਦਾ ਅੱਜ ਦੀ ਡੇਟ 'ਚ ਬਹੁਤ ਟਫ ਹੈ ਡਿਫੀਕਲਟ ਯੂਨੀਵਰਸਿਟੀਜ਼ ਹਾਂ ਦੇ ਆਰ ਵੈਰੀ ਮੱਚ ਸਟ੍ਰਿਕਟ ਟੁਵਰਡਸ ਇੰਡੀਅਨ ਸਪੈਸ਼ਲੀ ਪੰਜਾਬੀ ਸਟੂਡੈਂਟਸ ਠੀਕ ਹੈ ਓਕੇ ਉਸ ਤੋਂ ਬਾਅਦ ਅਗਰ ਤੁਸੀਂ ਇਫ ਯੂ ਵਾਂਟ ਟੂ ਗੋ ਅਲੋਂਗ ਵਿਦ ਯੋਰ ਵਾਈਫ ਔਰ ਹਸਬੈਂਡ ਤਾਂ ਤੁਹਾਨੂੰ 1 ਸਾਲ ਪੁਰਾਣੀ ਮੈਰਿਜ ਚਾਹੀਦੀ ਹੈ ਹਸਬੈਂਡ ਦੇ ਮੇਨ ਐਪਲੀਕੈਂਟ ਤੋਂ ਇਲਾਵਾ ਡਿਪੈਂਡੈਂਟ ਦੀ ਜਿਹੜੀ ਹੈ ਮਿਨੀਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਇੰਪਲੋਇਮੈਂਟ ਦੇ ਪਰੂਫ ਹੋਣੇ ਚਾਹੀਦੇ ਆ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਆ ਫੰਡ ਦਾ ਸੋਰਸ ਹੋਣਾ ਚਾਹੀਦਾ ਇਨਕਮ ਪਰੂਫ ਹੋਣੇ ਚਾਹੀਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਜਿਹੜਾ ਪੈ ਰਿਹਾ ਉਹ ਕਿਤੇ ਨਾ ਕਿਤੇ ਯੂਕੇ ਦੀ ਡਿਮਾਂਡ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਯੂਕੇ ਔਰ ਮੋਰਓਵਰ ਇੱਕ ਡਿਮਾਂਡ ਦੀ ਗੱਲ ਨਹੀਂ ਐਸਾ ਨਹੀਂ ਹੈ ਕਿ ਬੱਚਾ ਕਿਤੇ ਹੋਰ ਨਹੀਂ ਜਾ ਪਾ ਰਿਹਾ ਅਤੇ ਯੂਕੇ ਧੱਕਿਆ ਜਾ ਰਿਹਾ ਯੂਕੇ ਜਿਹੜਾ ਹੈ ਕਿ ਇੱਕ ਐਸਾ ਕੰਟਰੀ ਹੈ ਜਿੱਥੇ ਸੈਟਲਮੈਂਟ ਦੇ ਬਹੁਤ ਵਧੀਆ ਤਰੀਕੇ ਹਾਂ ਬਟ ਸਟੂਡੈਂਟਸ ਦੋਜ਼ ਆਰ ਗੋਇੰਗ ਦੇਅਰ ਔਰ ਦੋਜ਼ ਆਰ ਵਿਲਿੰਗ ਟੂ ਗੋ ਫੋਰ ਯੂ ਜੀ ਪ੍ਰੋਗਰਾਮਸ ਲਾਈਕ ਬੈਚਲਰ ਡਿਗਰੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਸਟਰੋਂਗਲੀ ਰੈਕਮੈਂਡ ਕਰੂੰਗਾ ਉਹ ਸਿਰਫ ਔਰ ਸਿਰਫ ਇੰਗਲੈਂਡ ਦਾ ਵੀਜ਼ਾ ਤਾਂ ਹੀ ਅਪਲਾਈ ਕਰਨ ਜੇਕਰ ਤੁਸੀਂ ਉੱਥੇ ਆਪਣੇ 3 ਸਾਲ ਦੀ ਬੈਚਲਰ ਪੂਰੀ ਕਰਦੇ ਹੋ ਤਾਂ ਯੂ ਵਿਲ ਗੈਟ ਦਾ ਬੈਟਰ ਓਪਰਚੁਨਿਟੀਜ਼ ਜੀ ਸੋ ਯੂਕੇ ਸਟੱਡੀ ਵੀਜ਼ਾ ਵਿਸ਼ਵਾਸ ਇੰਟਰਨੈਸ਼ਨਲ ਤੋਂ ਮਿਸਟਰ ਮੁਕੇਸ਼ ਸਾਡੇ ਆਸਤੇ ਸਟੱਡੀ ਵੀਜ਼ਾ ਐਕਸਪਰਟ ਅਤੇ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਯੂਕੇ ਸਪਟੈਂਬਰ ਇਨਟੇਕ ਜੀ ਜਿਹਦੇ ਵਿੱਚ ਤੁਹਾਨੂੰ ਫਿਲਹਾਲ ਐਡਮਿਸ਼ਨ ਮਿਲ ਸਕਦੀ ਹੈ ਐਂਡ ਰਿਜ਼ਲਟ ਜਿਹੜੇ ਹੈਗੇ ਨੇ ਜਿੱਦਾਂ ਪੋਜ਼ੀਟਿਵ ਨੇ ਕਿ ਹਾਂਜੀ ਯੂਕੇ ਤੁਹਾਨੂੰ ਰਿਜ਼ਲਟ ਜਿਹੜਾ ਹੈਗਾ ਉਹ ਘੱਟ ਸਮੇਂ ਦੇ ਵਿੱਚ ਵੀ ਦੇ ਰਿਹਾ ਯਾਨੀ ਕਿ ਜੋ ਅਪਰੋਕਸੀਮੇਟ ਟਾਈਮ ਉਹਨਾਂ ਦਾ ਹੈਗਾ ਇਨ ਬਿਟਵੀਨ ਤੁਸੀਂ ਆਪਣਾ ਰਿਜ਼ਲਟ ਲੈ ਸਕਦੇ ਹੋ ਨੋਟ ਕਿ ਵੀ ਜਿੱਦਾਂ ਹੁਣ ਕੈਨੇਡਾ ਦੇ ਵਿੱਚ ਕਾਫੀ ਟਾਈਮ ਇੰਤਜ਼ਾਰ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਇਦਾਂ ਦੀ ਕੋਈ ਐਸਾ ਦਿੱਕਤ ਨਹੀਂ ਹੈ ਕੈਸ ਲੈਟਰ ਨੂੰ ਕਿੰਨਾ ਟਾਈਮ ਤੇ ਉਸ ਤੋਂ ਬਾਅਦ ਫਾਈਲਿੰਗ ਰੈਡੀ ਕਰਨੀ ਹੈ ਤੁਸੀਂ ਇੰਟਰਵਿਊ ਵੀ ਹੈਗੀ ਹੈ ਸਟੂਡੈਂਟ ਦੀ ਟੋਟਲ ਪ੍ਰੋਸੈਸ ਕਿੰਨਾ ਅਗੇਨ ਇਟਸ ਡਿਪੈਂਡ ਅਪਨ ਦਾ ਐਫੀਸ਼ੀਐਂਸੀ ਆਫ ਦਾ ਏਜੰਸੀ ਓਕੇ ਅਗਰ ਤੁਹਾਡਾ ਹੋਲਡ ਵਧੀਆ ਹੁਣ ਡਿਪੈਂਡ ਕਰਦਾ ਯੂਕੇ ਕਿੱਦਾਂ ਦਾ ਕੰਟਰੀ ਹੈ ਜਿਹਦੇ ਅੰਦਰ ਯੂਨੀਵਰਸਿਟੀਜ਼ ਦੇ ਐਗਰੀਮੈਂਟ ਬਹੁਤ ਸਾਰੀ ਏਜੰਸੀਜ਼ ਕੋਲ ਨਹੀਂ ਹੁੰਦੇ ਸਾਡੇ ਰਿਜ਼ਲਟਸ ਦੇਖੋ ਪਤਾ ਤਾਂ ਹੀ ਲੱਗੇਗਾ ਜਦੋਂ ਮੈਂ ਇਸ ਮੰਚ ਤੇ ਬੈਠ ਕੇ ਹਲੇ ਵੀ ਕਹਿ ਰਹੇ ਹਾਂ ਕਿ ਆਪਾਂ
still we can provide the offer letter for September intake, and if your funds are readily available, we will get your cash and not only cash, even visa as well. अच्छा, okay. ठीक है. वो process ना देखो पता तो किसी के अंदर वड़ के नहीं देखा जा सकता है. हाँ, जदों तुसी साड़े किसी ऑफिस किसी भी ब्रांच विजिट कर कर दे अपन तो वीजे तो चलो कोई भी दिखा देंदा तो की पता के मेरे लगाए हुए हैं कि मैं उधार लेंगे जी बिल्कुल. लेकिन जिड़े मेरे एग्रीमेंट टंगे हुए हैं हाँ, वो झूठ नहीं बोलेंगे. जिड़े मेरे पास्ट की सर्विसेज हैं वो झूठ नहीं बोलेंगे. आप वीजे नहीं दिखावांगे आप तो सैकड़ों बच्चों के हजारों बच्चों के नंबर जिहड़े हैगे चलो हजारों तो बहुत वड्डी गल कह गया मतलब बहुत नंबर्स ऐसे प्रोवाइड करवा सकते हैं जिहड़े कि यूके अज दे नहीं कई साल पहले गए विश्वास इंटरनेशनल के थ्रू गए वेल सेटल्ड हैं कुछ इनडेफिनिट स्टे ले चुके हैं पीआर हो चुके हैं कुछ पीआर प्रोसेस च और कुछ ऑलरेडी सिटीजनशिप ले चुके हैं कुछ तो बच्चे भी इन्ने वे वे होकर सैटल हो गए हैं तो मतलब we have very 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 good hold into UK ji so UK study visa so jinna bhi students ne apply karna khair without IELTS bhi tusi apply kar sakde ho but ode waste ji baki de jehde thode documents ki kehnde ne ji ki thodi profile all over kehndi hai ode utte depend karega spouse de naal bhi halanki UK jehda hai ga thonu mauka de reha hai ki tusi apply kar sakde ho te hun jehdi PR wali gal si ki haan ji shayad ehi ik karan si ga main vi assi UK nahi si apply karde but hun after corona bhi dekha ki bahut vadhiya success rate UK ne dil khol ke visa main tonu hunne visa to alawa agar PR vi focus kariye haan haan problem kithe hai canada bachcha janda padda kyunki 2 saal da diploma इतने 3 साल की बैचलर है फीस स्ट्रक्चर थोड़ा कंपैरेटिवली हाई है बच्चा क्विट कर जाता हाउ ही और शी विल गेट पीआर. पॉइंट नंबर 2 ऑस्ट्रेलिया बच्चा जाता है ऑस्ट्रेलिया पीआर टफ है पर मैंने एक गल का जवाब दो कविता मैडम के आज तक हजारां लखां बच्चा ऑस्ट्रेलिया भी गया यूके भी गया कैनेडा भी गया सबनों पता है कैनेडा पीआर है अगर इन्हों दो कंट्रीज के जितना तो मैं कंपैरिजन लिए रख रहा पीआर नहीं होंगी तो बच्चा कितने गया वापस क्यों नहीं आया इलीगल भी नहीं है नो डाउट कंपैरेटिवली टफ नाउडेज जो कि हुन डे बाय डे कनाडा च भी हो रही है ठीक है बट अगर तुसी वर्क अपॉर्चुनिटीज नो कंपैरिजन करो कंपेयर करो और फ्यूचर जी लाइफ के प्रोस्पेक्ट्स हैं उन्होंने कंपेयर करो तो यूके फार बैटर दैन कनाडा बिल्कुल बिल्कुल सही गल है लिविंग कॉस्ट है और लिविंग स्टैंडर्ड है और एनवायरनमेंट है ठीक है और वेदर कंडीशंस हैं और सब तो बड़ी गल पैसा जी है ना जड़ी वर्क अपॉर्चुनिटीज हैं और इनकम ऑफ सोर्स हैं जी सो पॉइंट्स दे विच फिलहाल यूके स्टडी वीजा असी गल कर रहे हैं जी जिन्ने भी स्टूडेंट्स ने अप्लाई करना है 12वीं घट तो घट तुसी पढ़े हैगे हो उस तो बाद जरूर अप्लाई करा करो परसेंटेज देखा करो आयल स्कोर नहीं भी की तो भी फिलहाल यूके अप्लाई कर सकते हैं सो जिन्हों रिजेक्शन वगैरह होंगे ने वह भी अप्लाई कर सकते हैं आई एम श्योर भी कोई दिक्कत नहीं आती है दिस इज अ वेरी गुड क्वेश्चन अक्सर लोगों ने सुनया होगा तुम कि जी यूके कभी भी यूके तो रिफ्यूज एप्लीकेशन नहीं एक्सैप्ट करता मेरा ओपन चैलेंज है जे तुसी यूके तो रिफ्यूज हो ईवन क्रेडिबिलिटी इंटरव्यू दे बिहाफ ते भी रिफ्यूज हो एम्बेसी इंटरव्यू दे तां वी तुहानूं असी अश्योरिटी दिंदे हां कि असी तुहाडा कैश लैटर लैके फाइल हाई कमीशन तक पहुंचावांगे और जेकर तुहाडा दोबारा तो इंटरव्यू नहीं आंदा ते वीजा भी 100% आएगा बट विद दिस कंडीशन कि तुहाडा प्रोफाइल जिहड़ा ओह एलिजिबल होना चाहीदा है जी सो इस तो अलावा जिस तरह मैं क्या भी असी यूके दे नाल अज यूएसए स्टडी वीजा दे भी गल करनी है तो यूएसए भी थानू विदाउट आयल्स जिहड़ा हैगा वीजा दे दिंदा है यूएसए दा काफ़ी अजकल सुन रहे हैं कि वीजा सारे ने यूएसए दिल खोल के वीजा दे रहे हाँ जी बिल्कुल बहुत अच्छी सक्सेस रेट है यूएस दी और यूएस दा अगर तुहाडा कोर्स दी चॉइस ਤੁਹਾਡੀ ਕੰਸਲਟੈਂਟ ਦੀ ਚੋਇਸ ਤੁਹਾਡੀ ਯੂਨੀਵਰਸਿਟੀ ਦੀ ਚੋਇਸ ਔਰ ਥੋੜੀ ਜਿਹੀ ਗਾਈਡਲਾਈਨ ਔਰ 5-10% ਅਗਰ ਤੁਹਾਡਾ ਲੱਕ ਫੈਕਟਰ ਤੁਹਾਡੇ ਨਾਲ ਹੈ ਤੇ ਡੈਫੀਨਿਟਲੀ ਯੂ ਕੈਨ ਗੈਟ ਯੂਰ ਵੀਜ਼ਾ ਨਾਊਡੇਜ਼ ਯੂਐਸਏ ਦਾ ਜੀ ਸੋ ਯੂਐਸਏ ਦਾ ਪ੍ਰੋਸੈਸ ਹੈ ਕੀ ਮੀਨਸ ਕਿਸ ਤਰ੍ਹਾਂ 1x1 ਸਟੈਪ ਬਾਈ ਸਟੈਪ ਅਸੀਂ ਚੱਲਦੇ ਹਾਂ ਯੂਐਸਏ ਦਾ ਪ੍ਰੋਸੈਸ ਜਿੰਨਾ ਸੌਖਾ ਹੈ ਮੇਰੀ ਨਜ਼ਰ ਦੇ ਵਿੱਚ ਯੂਐਸ ਦਾ ਵੀਜ਼ਾ ਲੈਣਾ ਜਿੰਨਾ ਸੌਖਾ ਸ਼ਾਇਦ ਹੋਰ ਕਿਸੇ ਕੰਟਰੀ ਦਾ ਨਹੀਂ ਹੈ ਰੀਜ਼ਨ ਬਿਹਾਈਂਡ ਯੂਨੀਵਰਸਿਟੀ ਲੈਵਲ ਤੇ ਹੈ ऑफर लेटर ते I-20 लैन वास्ते तुहानू अपने एकेडमिक डॉक्यूमेंट्स अपने फंड्स एज पर देयर रिक्वायरमेंट आईएलटीएस पीटी विदाउट आईएलटीएस जो भी उन्हां दी रिक्वायरमेंट एलिजिबिलिटी क्राइटेरिया मीट करदे हो ठीक है
यू कैन गैट योर ऑफर लैटर एंड देयर आफ्टर फंडिंग सेंड करने तो बाद यू विल गैट योर I-20 फ्रॉम देयर फ्रॉम दीज यूनिवर्सिटीज उस तो बाद जिहड़ा नैक्सट प्रोसैस है यूके का स्टैप नंबर टू तुहानू हाई कमीशन की फीस इन्हों का एक्सिस बैंक के विच अकाउंट है उत्थे पे करनी है विच इज cost you $160 with service fees or that service is a different fees, service fees alag hai apart from the embassy fees Achha. basically service ki hai service fees ye hai ki person who want to go for a long stay who want to get a long stay visa from US embassy either it's on student visa it's dependent it's F2 visa or it's H1 H2 visa okay लोंग स्टे वीज़ा के लिए अगर तुम अपलाई करना चाहते हो यू एस हाई कमीशन तुहाडे कोलों सर्विस फीस के नाम से $350 चार्ज करता अच्छा जिदी वैलिडिटी जिहड़ी है विच इज़ वैलिड फॉर अनदर 1 year ठीक है ओके द डे वैन यू पे द अमाउंट टू द एम्बेसी ते यानी कि यह चीज़ मैं क्यों कह रहा है कि सपोज अगर तुहाडा वीज़ा कल नूं रिफ्यूज़ हो जाता है यूएस तो सैकेंड अटैम्प्ट दे विच तुहानूं सर्विस फीस पे करन दी लोड़ नहीं है ठीक है और $160 एम्बेसी फीस पे करके I-20 दे चार्ज पे करके और डिपेंड करता है कंसल्टेंट दी कंसल्टेंसी है नहीं है आफ्टर वीज़ा बिफोर वीज़ा 10,000 है या 50,000 है या 1,00,000 रुपए डिपेंड अपॉन पर्सन टू पर्सन ओके और द सक्सेस रेट ऑफ द तजर्बा दी क्वालिफिकेशन दे हिसाब नाल ओदा ठीक है बैकग्राउंड ऑफ द स्टेटस स्टैंडर्ड दे हिसाब नाल ओदा कोई प्राइस फिक्स नहीं है यूनिफॉर्म प्राइस नहीं है ता ओ जिहड़ा चीज़ा है तुसी करन तो बाद अपॉइंटमेंट बुक कर दियो अपॉइंटमेंट बुक करन तो बाद इत्थे एक बहुत एक सेंसिटिव जड़ा पार्ट है दो चीज़ा हैं तीन तुहाडा वीज़ा एप्लीकेशन फॉर्म विच इज़ कॉल्ड DS-160 किन्ने भरिया ओके किदां भरिया अच्छा किन्ने स्मार्टली उहदे विच कुछ आंसर क्वेश्चनस हैं जिन्हां नूं आंसर किया गया एंड सब तो वड्डी गल ਉਹਨੂੰ ਕਿੰਨੀ ਵਾਰ ਰੀਫਿਲ ਕੀਤਾ ਗਿਆ ਵਨ ਸ਼ਾਟ ਸਬਮਿਟ ਕੀਤਾ ਗਿਆ ਬਾਰ ਬਾਰ ਭਰਿਆ ਗਿਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਮੈਂ ਤਾਂ ਹੀ ਕਿਹਾ 2 ਮਿੰਟ ਪਹਿਲੇ ਮੈਂ ਤੁਹਾਨੂੰ ਇਸ ਕੁਐਸਚਨ ਦਾ ਆਨਸਰ ਸਟਾਰਟ ਇੱਦਾਂ ਹੀ ਕੀਤਾ ਸੀਗਾ ਕਿ ਡਿਪੈਂਡ ਕਰਦਾ ਹੈ US ਦਾ ਵੀਜ਼ਾ ਤੁਹਾਡੇ ਕੰਸਲਟੈਂਟ ਦੀ ਚੋਇਸ ਕੀ ਹੈ ਕਿਉਂਕਿ ਅਗਰ ਤੁਸੀਂ ਕਿਸੇ ਅਣਜਾਣ ਬੰਦੇ ਕੋਲ ਜਾ ਰਹੇ ਹੋ US ਦਾ ਪ੍ਰੋਸੈਸ ਤੁਸੀਂ ਖੁਦ ਵੀ ਕਰ ਸਕਦੇ ਹੋ ਔਨਲਾਈਨ ਬਟ ਫਿਰ ਵੀ ਇੱਥੇ ਕੁਛ ਪੁਆਇੰਟਸ ਹੈ ਜਿਹੜੇ ਤੁਹਾਡੇ ਪ੍ਰੋਫਾਈਲ ਨੂੰ ਤੁਹਾਡੇ ਐਪਲੀਕੇਸ਼ਨ ਨੂੰ ਵੀਜ਼ਾ ਦੇ ਵਿੱਚ ਕਨਵਰਟ ਕਰ ਸਕਦੇ ਓਕੇ ਉਸ ਤੋਂ ਬਾਅਦ ਕੁਛ ਗਾਈਡਲਾਈਨਸ ਕੁਛ ਕੁਐਸਚਨ ਆਨਸਰਸ ਹੁਣ ਬੇਸਿਕਲੀ 5-7 ਪੈਟ ਕੁਐਸਚਨ ਹੈ ਵਾਈ US ਵਿੱਚ ਯੂਨੀਵਰਸਿਟੀ ਵਿੱਚ ਕੋਰਸ ਵਟ ਇਜ਼ ਦਾ ਕੋਰਸ ਟਿਊਸ਼ਨ ਫੀ ਠੀਕ ਹੈ ਐਂਡ ਲੋਕੇਸ਼ਨ ਆਫ ਦਾ ਯੂਨੀਵਰਸਿਟੀ ਐਂਡ ਫੰਡਸ ਹੂ ਇਜ਼ ਗੋਇੰਗ ਟੂ ਸਪਾਂਸਰ ਯੂ ਹਾਊ ਮਨੀ ਫੰਡਸ ਯੂ ਆਰ ਗੋਇੰਗ ਟੂ ਸ਼ੋ ਇਨ ਟੂ ਯੂਰ ਪੇਰੈਂਟਸ ਅਕਾਊਂਟ ਦੀਜ਼ ਆਰ ਦਾ ਨੋਮੀਨਲ ਐਂਡ ਵੈਰੀ ਨੋਰਮਲ ਕੁਐਸਚਨ ਜਿਨ੍ਹਾਂ ਤੱਕ ਮੇਰੇ ਹਿਸਾਬ ਨਾਲ ਇੱਕ 10th ਲੈਵਲ ਦਾ ਬੱਚਾ ਵੀ ਕਲੀਅਰ ਕਰ ਸਕਦਾ ਬਟ ਸਟਿਲ ਅੰਬੈਸੀ ਸਭ ਨੂੰ ਵੀਜ਼ਾ ਨਹੀਂ ਦਿੰਦੀ ਉਹਦੇ ਪਿੱਛੇ ਕਾਰਨ ਇਹੀ ਹੈ ਇੱਥੇ ਕਮਾਲ ਹੁੰਦਾ ਜਿਹੜਾ ਇੱਥੇ ਜਿਹੜਾ ਫੈਕਟਰ ਕੰਮ ਕਰਦਾ ਉਹ ਜਿਹੜਾ ਕੰਸਲਟੈਂਟ ਦਾ ਏਜੰਟ ਦਾ ਐਕਸਪੀਰੀਅੰਸ ਕੀ ਉਹ ਤੁਹਾਨੂੰ ਕਿੱਦਾਂ ਦੇ ਗਾਈਡਲਾਈਨਸ ਦਿੰਦਾ ਛੋਟੀਆਂ ਛੋਟੀਆਂ 2-3 ਚੀਜ਼ਾਂ ਡਿਸਕਲੋਜ਼ ਕਰਾਂਗਾ ਹਰ ਚੀਜ਼ ਨਹੀਂ ਤੁਹਾਡਾ ਜਿਹੜਾ ਹੈ ਸੈਂਸ ਆਫ ਹਿਊਮਰ ਤੁਹਾਡੀ ਹਾਜ਼ਰ ਜਵਾਬੀ ਤੁਹਾਡਾ ਵੇ ਆਫ ਟਾਕਿੰਗ ਤੁਹਾਡਾ ਡਰੈਸਿੰਗ ਸੈਂਸ ਉਹ ਹੁਣ ਸਟੂਡੈਂਟ ਦੇ ਉੱਪਰ ਆ ਜਾਂਦਾ ਰਿਸਪੋਨਸਿਬਲ ਅੰਗਰੇਜ਼ੀ ਬੋਲਣ ਨਾਲ ਜਾਂ ਬਹੁਤ ਵਧੀਆ ਅੰਗਰੇਜ਼ੀ ਬੋਲਣ ਨਾਲ ਵੀਜ਼ਾ ਨਹੀਂ ਮਿਲਦਾ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਅਗਰ ਬੱਚਿਆਂ ਦੀ ਫਲਾਈਟ ਨਹੀਂ ਹੋਈ ਇੱਕ ਜਾਂ 2 ਸਟੂਡੈਂਟ ਨੈਕਸਟ ਇਨਟੇਕ 'ਚ ਇੱਦਾਂ ਲੈ ਕੇ ਆਵਾਂਗਾ ਇਸ ਤੁਹਾਡੇ ਸ਼ੋਅ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਬਹੁਤ ਅੱਛੇ ਹੈ ਬਟ ਦੇ ਗੋਟ ਦੇਅਰ ਵੀਜ਼ਾਸ ਓਕੇ ਠੀਕ ਹੈ ਗ੍ਰੇਟ ਤਾਂ ਡਿਊ ਟੂ ਐਕਸਪੀਰੀਅੰਸ ਆਫ ਵਿਸ਼ਵਾਸ ਐਂਡ ਟਰਸਟ ਜੀ ਸੋ ਜਿੱਥੇ ਯੂਕੇ ਦੇ ਵਿੱਚ ਡਾਇਰੈਕਟ ਆਈ ਅਪ ਸੋ ਯੂਐਸਏ ਦੇ ਵਿੱਚ ਵੀ ਸੇਮ ਡਾਇਰੈਕਟ ਆਈ ਅਪ ਸੋ ਦਿਸ ਇਜ਼ ਦਾ ਰੀਜ਼ਨ ਕਿ ਬਿਕਾਜ਼ ਵੀ ਆਰ ਇਨਟੂ ਦਾ ਬਿਜ਼ਨਸ ਫਰਮ ਲਾਸਟ ਮੋਰ ਦੈਨ 19 ਇਅਰਸ ਸਾਡੀ ਕਰੀਬ 12 ਬ੍ਰਾਂਚਸ ਹੈਗੀਆਂ ਆਲ ਓਵਰ ਇੰਡੀਆ ਔਰ ਯੂਕੇ ਨੂੰ ਮਿਲਾ ਕੇ ਠੀਕ ਹੈ ਦਿੱਲੀ ਦੇ ਵਿੱਚ ਆਫਿਸ ਹੈ ਪੰਜਾਬ ਦੇ ਵਿੱਚ ਆਫਿਸਿਸ ਹੈ ਹਰਿਆਣਾ ਦੇ ਵਿੱਚ ਆਫਿਸ ਹੈ ਤਾਂ ਔਰ ਇੱਕ ਬਹੁਤ ਅੱਛਾ ਪੋਰਟਫੋਲੀਓ ਇੱਕ ਬਹੁਤ ਅੱਛਾ ਪ੍ਰੋਫਾਈਲ ਹੈ ਵਿਸ਼ਵਾਸ ਇੰਟਰਨੈਸ਼ਨਲ ਦਾ ਅਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਲੋਕਾਂ ਦੇ ਆਸ਼ੀਰਵਾਦ ਨਾਲ ਲੋਕਾਂ ਦਾ ਬਹੁਤ ਪਿਆਰ ਹੈ ਰਿਕਮੈਂਡੇਸ਼ਨ ਔਰ ਰੈਫਰੈਂਸ ਦਾ ਬਿਜ਼ਨਸ ਬਹੁਤ ਵਧੀਆ ਹੈਗਾ ਅਤੇ ਪਿਛਲੇ ਕਈ ਸਾਲਾਂ ਤੋਂ ਮੇਰੇ ਖਿਆਲ 8-9 ਸਾਲਾਂ ਤੋਂ ਆਪਾਂ ਚੜ੍ਹਦੀ ਕਲਾ ਦੇ ਵਿੱਚ
फिलहाल कोई हले भी सवाल है गया, सेम नंबर कॉल करके अपना सवाल रख सकते हो, पूछ सकते हो, जवाब ले सकते हो। देश परदेश लाइव प्रोग्राम इसे तरह वेखते रह करो। तो दिओ इजाजत, धन्यवाद।